ਚਲ ਜੀ ਅੱਜ ਹਾਈਡਰੋਲਿਕ ਦਾ ਪੰਪ ਆ ਜੀ ਇਹ ਲਗਭਗ 75 ਲੀਟਰ ਦਾ ਬਾਕੀ ਤਾਂ ਆਰਪੀਐਮ ਦੇ ਹਿਸਾਬ ਨਾਲ ਹੁੰਦਾ ਜਿਹੜੇ ਆਪਾਂ ਸਾਂਝੇ ਕਰਦੇ ਹਾਂ ਵੀ ਚੱਕਰ ਕਿੱਦਾਂ ਉਲਟੇ ਕਰਨੇ ਆ ਇਹ ਕਲੋਕਵਾਈਜ਼ ਹੁੰਦਾ ਆਪਾਂ ਨੂੰ ਐਂਟੀ ਕਲੋਕ ਨਹੀਂ ਕਰਨਾ ਹੈਗਾ ਅਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਭਰਾਵਾਂ ਨੂੰ ਦੱਸਦੇ ਹਾਂ ਆਹ ਬਈ ਆਹ ਦੇਖੋ ਇਹਦੇ 4 ਵੋਲਟ ਖੋਲ੍ਹ ਲੈਣੇ ਆ ਖੋਲ ਕੇ ਇਹਨੂੰ ਚੱਕ ਲੈਣਾ ਉੱਤੋਂ ਆਹ ਅਸੀਂ ਖੋਲ੍ਹਿਆ ਹੋਇਆ ਪਹਿਲਾਂ ਹੀ ਚੱਕ ਕੇ ਪਰੇ ਦੱਸ ਇਹਨੂੰ ਚੱਕ ਲੈਣਾ ਇਹਨੂੰ ਇੱਦਾਂ ਪੇਚਕਸਾਂ ਬਾਹਰ ਕੱਢ ਲੈਣਾ ਇੱਥੇ 2 ਪੇਚਕਸ ਪਾਉਣੇ ਆ ਪਾ ਕੇ ਇਹਨੂੰ ਅਸੀਂ ਖੋਲ੍ਹਿਆ ਹੋਇਆ ਪਹਿਲਾਂ ਹੀ ਮਤਲਬ ਇਹਨੂੰ ਇੱਦਾਂ ਬਾਹਰ ਕੱਢ ਲੈਣਾ ਇਹ ਕੱਢ ਕੇ ਆਹ ਰੱਖ ਦਿੱਤਾ ਐਲ ਪੀ ਵਾਲੇ 2 ਵੋਲਟ ਆਇਆ ਸੀ ਆਹ ਖੋਲ੍ਹ ਦਿੱਤਾ ਵੀ ਫੜ ਲਓ 2 ਵੋਲਟ ਖੁੱਲ੍ਹ ਗਏ ਇਹਨੂੰ ਚੱਕ ਲੈਣਾ ਤਾਂ ਹਾਂ ਲਓ ਆਹ ਚੱਕ ਲਿਆ ਖੁੱਲ੍ਹ ਗਿਆ ਖੋਲ੍ਹ ਗਿਆ ਇਹਦਾ ਮੇਨ ਪਾਰਟ ਹੈਗਾ ਜਿਹੜਾ ਇਹਨੂੰ ਆਪਾਂ ਕੀ ਕਰਨਾ ਇਹਨੂੰ ਆਹ ਵਿੱਚੋਂ ਕੱਢਣਾ ਆਪਾਂ ਇੱਦਾਂ ਕੋਈ ਜ਼ਿਆਦਾ ਕੋਈ ਕੰਮ ਨਹੀਂ ਹੈਗਾ ਗੇੜੇ ਪੁੱਠੇ ਕਰਨ ਦਾ ਇਹ ਕਲੋਕ ਵਾਈਜ਼ ਹੈਗਾ ਆਪਾਂ ਐਂਟੀ ਕਲੋਕ ਕਰਨ ਲੱਗੇ ਇਹਨੂੰ ਇਹ ਇੱਦਾਂ ਚੱਕ ਕੇ ਇੱਦਾਂ ਉਲਟ ਕਰ ਦੇਣਾ ਬਸ ਆਹ ਲਓ ਗੇੜੇ ਪੁੱਠੇ ਇਹਨੂੰ ਉਲਟ ਕਰਨਾ ਹੁੰਦਾ ਇੰਨਾ ਹੀ ਕੰਮ ਆ ਜੀ ਅਤੇ ਯੂਟਿਊਬ 'ਤੇ ਮੈਂ ਦੇਖਿਆ ਜੀ ਮੈਨੂੰ ਕਿਤੇ ਨਹੀਂ ਲੱਭਿਆ ਵੀ ਕੋਈ ਬੰਦਾ ਦੱਸਦਾ ਹੋਵੇ ਗੇੜੇ ਕਿੱਦਾਂ ਪੁੱਠੇ ਹੋਣੇ ਆ ਇੱਥੇ ਐਰੋ ਵੀ ਲੱਗਾ ਹੁੰਦਾ ਤੁਹਾਨੂੰ ਦਿਖਾਵਾਂਗੇ ਆਹ ਦੇਖ ਪਹਿਲਾਂ ਇੱਧਰ ਨੂੰ ਸੀਗੇ ਹੁਣ ਉਲਟ ਹੋ ਗਿਆ ਗੇੜੇ ਚਲੋ ਲਓ ਜੀ ਇੰਨਾ ਹੀ ਕੰਮ ਆ ਵੀਰ ਇਹਦੇ ਗੇੜੇ ਪੁੱਠੇ ਕਰਨ ਦਾ ਜੇ ਕਿਸੇ ਵੀਰ ਨੂੰ ਪੰਪ ਬਾਰੇ ਜਾਂ ਸਿਲੰਡਰ ਬਾਰੇ ਜਾਂ ਕਿਸੇ ਨੇ ਇੱਦਾਂ ਦਾ ਜਗਾੜ ਬਣਾਉਣਾ ਜਿਹਨੂੰ ਪਤਾ ਨਹੀਂ ਹੈਗਾ ਵੀ ਪੰਪ ਕਿੰਨਾ ਚਾਹੀਦਾ ਸਿਲੰਡਰ ਕਿੰਨਾ ਚਾਹੀਦਾ ਉਹ ਸਾਡੇ ਯੂਟਿਊਬ ਚੈਨਲ 'ਤੇ ਕਮੈਂਟ ਕਰਕੇ ਦਾ ਕਹਿ ਸਕਦਾ ਤਾਂ ਅਸੀਂ ਉਹਦਾ ਜਿੰਨੇ ਵੀ ਜੋਗੇ ਹੈਗੇ ਆ ਜਾਣਕਾਰੀ ਫ੍ਰੀ 'ਚ ਦੇਵਾਂਗੇ ਕਿੰਨੇ ਲੀਟਰ ਦਾ ਪੰਪ ਲੱਗਣਾ ਚਾਹੀਦਾ ਕੋਈ ਜਗਾੜ ਬਣਾਉਣਾ ਤਾਂ ਕਿੰਨੇ ਫਲੋ ਵਾਲਾ ਚਾਹੀਦਾ ਕਿੰਨੇ ਉਹਦੇ ਚੱਕਰ ਹੋਣੇ ਚਾਹੀਦੇ ਆ ਤਾਂ ਮੂਹਰੇ ਜਿਹੜਾ ਸਿਲੰਡਰ ਲਾਉਣਾ ਉਹਦੀ ਕਿੰਨੀ ਸਪੀਡ ਚਾਹੀਦਾ ਕਿੱਦਾਂ ਸਿਲੰਡਰ ਲੱਗੂਗਾ ਇੱਦਾਂ ਦੀ ਕੋਈ ਗੱਲਬਾਤ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦਾ ਅਸੀਂ ਫ੍ਰੀ 'ਚ ਜਾਣਕਾਰੀ ਦੇਵਾਂਗੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਅਤੇ ਫੇਸਬੁੱਕ ਚੈਨਲ ਵੀ ਆ ਸਾਡਾ ਉਹਨੂੰ ਵੀ ਫੋਲੋ ਕਰ ਲਿਓ ਧੰਨਵਾਦ ਤੁਹਾਡਾ ਬਹੁਤ ਬਹੁਤ